ਹੈਲੋ ਗਾਈਸ ਵੀਰੇ, ਗੁੱਡ ਮਾਰਨਿੰਗ ਸਾਰਿਆਂ ਨੂੰ। ਕਿੱਦਾਂ, ਕੀ ਹਾਲ ਆ ਤੁਹਾਡਾ ਸਾਰਿਆਂ ਦਾ? ਅਤੇ ਅਗਰ ਤੁਸੀਂ ਠੀਕ ਹੋਵੋਗੇ, ਤੰਦਰੁਸਤ ਹੋਵੋਗੇ ਆਪਣੇ ਘਰੇ, ਅਤੇ ਸਵਾਗਤ ਹੈ ਤੁਹਾਡਾ ਅੱਜ ਦੇ ਸਾਡੇ ਵਲੌਗ ਦੇ ਵਿੱਚ। ਮੀਨੂ ਸੀਰਾ ਵਲੌਗ ਅਤੇ ਪ੍ਰਗਟ ਉੱਠ ਖੜਿਆ ਅਤੇ ਚਾਹ ਪੀ ਲਈ ਇਹਨੇ। ਅਤੇ ਅੱਜ ਦਾ ਵਲੌਗ ਵੀਰੇ ਕੁਛ ਕੋਈ ਚੈਲੰਜ ਨਹੀਂ, ਕੁਛ ਨਹੀਂ, ਸਿੰਪਲ ਵਲੌਗ ਆ, ਠੀਕ ਆ। ਉੱਧਰ ਦੇਖੋ, ਇਹ ਬਸ ਨਾ ਟਿੱਕ ਕੇ ਨਹੀਂ ਬਹਿ ਸਕਦੇ ਹੈਗੇ, ਲੱਗੇ ਪਏ ਆ। ਅਤੇ ਇਸ ਲਈ ਮੈਂ ਬਣਾਉਣ ਲੱਗੀ ਹਾਂ ਬੇਸਣ ਦਾ ਪੂੜਾ, ਬੇਸਣ ਦਾ ਚੀਲਾ ਵੀ ਕਹਿੰਦੇ ਜਿਹਨੂੰ, ਹੈਨਾ, ਬੇਸਣ ਦਾ ਚੀਲਾ ਬਣਾਉਣ ਲੱਗੀ ਹਾਂ। ਅਤੇ ਪ੍ਰਗਟ ਵੀ ਖਾਊਗਾ, ਅੱਜ ਐਤਵਾਰ ਆ, ਹੈਨਾ, ਪ੍ਰਗਟ ਨੇ ਅੱਜ ਛੁੱਟੀ ਆ। ਮੈਂ ਕਿਹਾ ਚੱਲ ਅੱਜ ਕੁਛ ਅਲੱਗ ਬਣਾਉਂਦੇ ਹਾਂ, ਮਤਲਬ ਰੋਟੀ ਤਾਂ ਰੋਜ਼ ਖਾਂਦੇ ਆਪਾਂ, ਹੈਨਾ, ਚੱਲ ਅੱਜ ਬੇਸਣ ਦਾ ਨਾਲੇ ਹੈਲਦੀ ਹੁੰਦਾ, ਹੈਨਾ, ਬੇਸਣ ਦਾ ਚੀਲਾ ਤਾਂ ਠੀਕ ਹੁੰਦਾ। ਚੱਲ ਆਪਾਂ ਉਹ ਬਣਾਉਂਦੇ ਹਾਂ, ਮੈਂ ਤੁਹਾਨੂੰ ਦੱਸਦੀ ਮੈਂ ਕਿਵੇਂ ਬਣਾਉਂਦੀ ਹਾਂ ਬੇਸਣ ਦਾ। ਅਤੇ ਮੈਂ ਢੋਕਲਾ ਵੀ ਬਣਾਊਂਗੀ, ਅਤੇ ਮੈਂ ਤੁਹਾਨੂੰ ਅੱਜ ਢੋਕਲਾ ਵੀ ਬਣਾ ਕੇ ਦਿਖਾਉਂਗੀ। ਮੈਂ ਕਦੀ ਬਣਾਇਆ ਨਹੀਂ, ਪਹਿਲੀ ਵਾਰੀ ਬਣਾਉਣਾ, ਅਤੇ ਦੇਖਾਂਗੇ ਕਿੱਦਾਂ ਦਾ ਬਣਦਾ, ਟਰਾਈ ਕਰਦੇ। ਪੈਰ 'ਤੇ ਦਰਵਾਜ਼ਾ ਵੱਜ ਗਿਆ ਗਾਇਸ ਦੇ। ਜਾਣੇ ਪਕੌੜੇ ਵੀ ਬਣਾਉਂਗੀ, ਕਿਹਦਾ ਗੁਲਾਬੀ ਆ ਤੇ ਪੱਕੇ ਨਹੀਂ ਸੀ ਤੇ, ਹੈਨਾ, ਪੱਕੇ ਆ ਗੁਲਾਬੀ, ਸਗੋਂ ਮਿੱਠੇ ਆ ਵਰਗੜ ਤੇ ਗੁਲਾਬੀ ਹੋਣਾ ਇਹ ਸੀ ਸੀ ਜੀਤੇ ਸੀ ਦੀ ਗਾਣਾ ਨਹੀਂ ਆਉਂਦਾ ਦੇਖ ਪੂਰਾ
ਲਿੱਟੀ ਦਾ ਗੁੜੀ ਹੁੰਦੀ ਆ ਨੀ ਸੀਟੀ ਤੇ ਸੀਟੀ ਵੱਜੀ ਜਦ ਤੂੰ ਕਿਤੇ ਸੀਟੀ ਤੇ ਸੀਟੀ ਜਰੂਰ ਕਰ ਰਹੇ ਪਹਿਲਾਂ ਕਰੋ ਉਹਨਾਂ ਦੇ ਘਰੋਂ ਆਈ ਭੁੱਲੇ ਪ੍ਰਗਟ ਹੋਏ ਸਾਗ ਬਣਦਾ ਨਹੀਂ ਸਾਗ ਦੇ ਵਿੱਚ ਪਾਉਂਦੇ ਆ ਹੈ ਸਾਗ ਦੇ ਵਿੱਚ ਪਾਉਂਦੇ ਆ ਤੂੰ ਬਣਾਉਣਾ ਚਲਾਈ ਦਾ ਸਾਗ ਅੱਜ ਬਣਾਉਣਾ ਮੈਂ ਸਹੀ ਕਰੀਏ ਹੈਲੋ ਸਤਿ ਸ਼੍ਰੀ ਅਕਾਲ ਗਾਈਸ ਵੀਰੇ ਆਪਾਂ ਆਏ ਨਹਿਰ ਤੇ ਪਾਣੀ ਲੈਣ ਐ ਮੇਰੀ ਮੋਟੀ ਤੇ ਅੱਜ ਫੇਰ ਅਸੀਂ ਪਾਣੀ ਲੈਣ ਆਏ ਆ ਪੀਣ ਵਾਲਾ ਉਹ ਕਿੱਧਰ ਗਏ ਹੋਰ ਤੁਮੇ ਕਿੱਥੋਂ ਲੈ ਆਣਗੇ ਇੱਧਰ ਨੂੰ ਪਤਾ ਨਹੀਂ ਹੈ ਵਾਵਾ ਨਹੀਂ ਨਹੀਂ ਕਿਹਾ ਤਾਂ ਦੇਣ ਕੋਈ ਇੱਧਰ ਹੋਣੇ ਨਹੀਂ ਲੱਗਦੇ ਤੇ ਠੰਡਾ ਬਾਣਾ ਨਹੀਂ ਮੈਂ ਨਾ ਠੰਡਾ ਪਰ ਗੱਡੀ ਕੀ ਕਰ ਗਿਆ ਪਾਣੀ
ਤੇ ਆ ਦੇਖ ਲੈ ਕਿਵੇਂ ਨਹਾਇਆ ਉਹ ਦੇ ਕਿਵੇਂ ਨਹਾਈ ਜਾਂਦਾ ਕਈ ਸਵੇਰੇ ਪ੍ਰਗਟ ਨਹਾਈ ਜਾਂਦਾ ਪ੍ਰੀਤ ਨਵਾਉਂਦੀ ਆ ਪ੍ਰੀਤ ਤਾਂ ਕਾਬੂ ਆਇਆ ਹੁਣ ਇਹ ਚਾਚੇ ਨੇ ਤੇਰੀ ਨੀਕਰ ਲਾਵਾ ਨੀ ਪ੍ਰਗਟ ਆ ਜਾ ਹੁਣ ਚੱਲੇ ਅਸੀਂ ਪ੍ਰਗਟ ਚਾਚਾ ਕਹਿੰਦਾ ਚੱਲੇ ਆ ਜਾ ਤਾਂ ਆ ਜਾ ਪ੍ਰੀਤ ਮੇਰਾ ਲੱਗੀ ਵੀ ਹੈ ਨੋ ਪਾਚ ਲਾਵਣ ਸੋਹਣੀ ਲੱਗਦੀ ਨੋ ਪਾਚ ਮੇਰੀ ਪ੍ਰੀਤ ਲੱਗੀ ਮੇਰੇ ਪੈਰਾਂ ਦੇ ਹੱਥਾਂ ਦੇ ਕਹਿੰਦੀ ਤੂੰ ਨੋ ਪਾਚ ਲਾਵਣ ਮਹਿੰਦੀ ਵੀ ਲਾਉਂਗੀ ਦੋ ਬਾਰ ਚੱਲ ਰਿਹਾ ਸੀ ਮੰਗਾ ਪਾ ਕੇ ਲੈਣੀ ਕਈ ਸਰ ਚੀਜੀ ਖਾ ਲਾ ਮਿੱਠੂ ਅਮਨ ਪਰੇ ਹੋ ਜਾ ਆਲੂ ਤੇ ਮੈਂ ਸ਼ਿਮਲਾ ਮਿਰਚ ਵੀ ਕੱਟੀ ਆ ਮੈਂ ਸ਼ਿਮਲਾ ਮਿਰਚ ਖਾਂਦੀ ਹਾਂ ਅੱਜ ਮੈਂ ਦੋ ਸਬਜ਼ੀਆਂ ਲੱਗੀ ਬਣਾਉਣ ਕਿਹੜਾ ਘਰ ਕਈ ਸਰ ਅੱਜ ਮੈਂ ਵੀਡੀਓ ਬਣਾਈਆਂ ਸੀ ਬਹੁਤ ਵਧੀਆ ਤਿਆਰ ਹੋ ਕੇ ਤੇ ਮੂੰਹ ਵੇਖੋ ਮੇਰਾ ਸਰਮਾ ਪਾਇਆ ਨਾਲੇ ਵੰਗਾ ਚੜਾਈਆਂ ਦੁੱਧ ਲੈਣ ਚੱਲੇ ਆ ਇਹ ਚੱਲੇ ਆ ਦੁੱਧ ਲੈਣ
ਬਾਏ ਆਏ ਬਾਬਾ ਗਾਲਾਂ ਵੀ ਕੱਢੀ ਮੈਨੂੰ ਬਾਏ ਬਾਏ ਸੀਜੂ ਇੱਧਰ ਆਪਾਂ ਸਬਜ਼ੀ ਨੂੰ ਤੜਕਾ ਲਾਉਣ ਲੱਗੇ ਹਾਂ ਗੰਡੇ ਮੱਚ ਗਏ ਮੇਰੇ ਵੇਸਰੇ ਮੈਂ ਸਬਜ਼ੀ ਬਣਾ ਲਈ ਆ ਅਤੇ ਮੂੰਹ ਵੇਖੋ ਮੇਰਾ ਸਰਮਾ ਵੇਖੀ ਮੇਰਾ ਸੁਰਮਾ ਪਾਇਆ ਅੱਜ ਮੈਂ ਚਾਤੀ ਲਾਈ ਪੰਗਾ ਪਾਈ ਸੋਹਣੀ ਜੀ ਬਣੀ ਉਹ ਬਾਰੀ ਮੇਰੀ ਸਬਜ਼ੀ ਵੇਖਾ ਸ਼ਿਮਲਾ ਮਿਰਚ ਕਿਵੇਂ ਬਣੀ ਹੈ ਮੈਂ ਖਾ ਕੇ ਦਿਖਾਉਂਦੀ ਹਾਂ ਫਿਰ ਮੈਂ ਸ਼ਿਮਲਾ ਮਿਰਚੀ ਖਾਣੀ ਮੈਂ ਰੋਟੀ ਨਹੀਂ ਬਣੀ ਮੈਂ ਸ਼ਿਮਲਾ ਮਿਰਚ ਬਣਾ ਲਈ ਟੇਸਟੀ ਲੱਗਦੀ ਖਾਣੀ ਠੰਡੀ ਹੋ ਜੇ ਇਹ ਕੀ ਕਰਦੇ ਪਿਓ ਪੁੱਤ ਹੈਂ ਏਟੀਐਮ ਕਰਨਾ ਕਿਹਨੂੰ ਕਰਨਾ ਤੁਸੀਂ ਰਹਿਣ ਦਾ ਪੰਗਾ ਲਵੋ ਇਹ ਪੰਗਾ ਥੋੜੀ ਲੈਣੇ ਉਹ ਆਦਾ ਮੈਨੂੰ ਬਦਲ ਨਹੀਂ ਜਾਗਾ ਅੱਛਾ ਨੰਬਰ ਵੀ ਇਹ ਨੰਬਰ ਸਕੀ ਛੋੜ ਦੇਣਗੇ ਬਾਲੀ ਦੂਸਰਾ ਜਾ ਨੀੜੇ ਤੇ ਮੈਂ ਖਾਣ ਲੱਗੀ ਆ ਸ਼ਿਮਲਾ ਮਿਰਚ
ਔਰ ਮੈਂ ਟੇਸਟ ਕਰਕੇ ਦਿਖਾਨੀ ਗਾਈਸ ਫਿਰ ਕਿੱਦਾਂ ਦਾ ਬਣੇ। ਸ਼ਿਮਲਾ ਮਿਰਚ ਆਲੂ ਰੋਟੀ ਪਾਣੀ ਬਣਾ ਲਿਆ ਆਪਾਂ ਹੋਏ ਫ੍ਰੀ ਤੇ ਬਾਕੀ ਜਿਹੜੇ ਕਮੈਂਟਾਂ ਚ ਆ ਕੇ ਜਿਨ੍ਹਾਂ ਨੇ ਗਲਤ ਬੋਲਣਾ ਬੋਲੀ ਜਾਓ। ਮੈਂ ਮੈਨੂੰ ਕਹਿੰਦੇ ਨਾ ਕਮੈਂਟ ਮੈਂ ਨੀ ਪੜ੍ਹਦੀ, ਠੀਕ ਹੈ ਨਾ। ਮੈਨੂੰ ਜਿਵੇਂ ਕੋਈ ਦਸ ਦਿੰਦਾ ਕਹਿੰਦੇ ਤੈਨੂੰ ਆਹ ਕਮੈਂਟ ਕਰ ਦੋ, ਮੈਨੂੰ ਟੱਚ ਨਾਲੇ ਜਿਹੜੇ ਵੀ ਮੇਰੇ ਰਿਸ਼ਤੇਦਾਰ ਭੈਣ ਭਾਈ ਕੋਈ ਵੀ ਆ ਜਿਹੜਾ ਵੀ ਮੇਰੀ ਯੂਟਿਊਬ ਵੀਡੀਓ ਦੇਖਦਾ ਨਾ, ਮੈਂ ਉਹਨਾਂ ਨੂੰ ਇਹੀ ਗੱਲ ਕਹੂੰਗੀ ਵੀਰੇ ਤੁਸੀਂ ਕਮੈਂਟ ਨਾ ਪੜਿਆ ਕਰੋ। ਜੇ ਤੁਸੀਂ ਪੜ੍ਹ ਲੈਂਦੇ ਹੋ ਮੈਨੂੰ ਨਾ ਆ ਕੇ ਦੱਸਿਆ ਕਰੋ ਤੈਨੂੰ ਇਹ ਨਹੀਂ ਆਇਆ ਕਰਦਾ, ਪੜ੍ਹੇ ਹੀ ਨਾ ਕਰੋ ਕਮੈਂਟ ਤੁਸੀਂ। ਜਦ ਮੈਂ ਨੀ ਟੈਨਸ਼ਨ ਲੈਂਦੀ ਤੁਸੀਂ ਕਦੇ ਲੈਂਦੇ ਹੋ, ਛੱਡੋ ਪਰੇ, ਠੀਕ ਹੈ ਨਾ। ਕਮੈਂਟਾਂ ਦੀ ਪਰਵਾਹ ਨਾ ਕਰੋ ਕਿਉਂਕਿ, ਠੀਕ ਹੈ ਨਾ, ਬਾਕੀ ਤੁਹਾਨੂੰ ਮੇਰੀ ਸਿਹਤ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ। ਮੇਰੀ ਸਿਹਤ ਦੀ ਫਿਕਰ ਕਰਨ ਲਈ ਮੇਰੇ ਫੈਮਿਲੀ ਹੈਗੀ, ਮੇਰਾ ਪਰਿਵਾਰ, ਮੇਰਾ ਘਰ ਵਾਲਾ ਹੈ, ਉਹਨੂੰ ਮੇਰੀ ਸਿਹਤ ਦੀ ਫਿਕਰ ਹੈ, ਠੀਕ ਹੈ। ਜੇ ਮੈਨੂੰ ਕੋਈ ਗੱਲ ਹੋ ਨਹੀਂ ਮੈਨੂੰ ਲਿਜਾਣਾ ਚੱਕ ਕੇ ਹੋਸਪਿਟਲ, ਠੀਕ ਆ। ਬਾਕੀ ਫੂਡ ਦਾ ਚੈਲੰਜ ਯੂਟਿਊਬ ਤੇ ਵੀਡੀਓ ਖੋਲ ਕੇ ਦੇਖ ਲਓ, ਬਹੁਤ ਕਰਦੇ ਆ। ਬਾਕੀ ਜੇ ਤੁਹਾਨੂੰ ਨਹੀਂ ਮੇਰੀ ਵੀਡੀਓ ਪਸੰਦ ਹੈਗੀ ਵੀਰੇ, ਤੁਸੀਂ ਮੇਰੀ ਵੀਡੀਓ ਤੇ ਕਮੈਂਟ ਕਰਨ ਤੋਂ ਬਜਾਏ ਤੁਸੀਂ ਮੇਰੀ ਵੀਡੀਓ ਸਕਰੋਲ ਕਰਦੇ ਕਰੋ, ਠੀਕ ਹੈ ਨਾ। ਤੁਸੀਂ ਉਹ ਦੇਖਿਆ ਕਰੋ ਜਿਹੜਾ ਤੁਹਾਨੂੰ ਚੰਗਾ ਲੱਗਦਾ, ਤੁਸੀਂ ਤੁਹਾਨੂੰ ਕਿਹੜਾ ਕੋਈ ਧੱਕੇ ਨਾ ਘਰੇ ਆ ਕੇ ਕਹਿੰਦਾ ਤੁਸੀਂ ਮੇਰੀ ਵੀਡੀਓ ਦੇਖੋ, ਲਾਈਕ ਕਰੋ, ਕਮੈਂਟ ਕਰੋ, ਹੈ ਨਾ। ਕਮੈਂਟ ਕਰਨ ਆਉਂਦੇ ਹੋ ਤੁਸੀਂ ਸਪੈਸ਼ਲੀ ਪਹਿਲਾਂ ਵੀਡੀਓ ਦੇਖਦੇ ਹੋ ਫਿਰ ਤੁਸੀਂ ਕਮੈਂਟ ਕਰਦੇ, ਕਿਉਂ ਇੰਨੇ ਔਖੇ ਹੁੰਦੇ ਹੋ ਤੁਸੀਂ ਵੀਡੀਓ? ਤੁਹਾਨੂੰ ਪਤਾ ਮੈਂ ਤੁਸੀਂ ਇੱਕ ਵਾਰੀ ਦੇਖ ਕੇ ਕਮੈਂਟ ਕਰਕੇ ਚੱਲੇ ਗਏ, ਤੁਹਾਨੂੰ ਲੱਗਦਾ ਮੇਰੀ ਵੀਡੀਓ ਗਲਤ ਆ, ਤੁਸੀਂ ਨਾ ਦੇਖੋ, ਤੁਸੀਂ ਦੇਖੋ ਹੀ ਨਾ, ਠੀਕ ਨੀ। ਮੈਂ ਫੂਡ ਮੈਂ ਕੋਈ ਖਾ ਕੇ ਚੈਲੰਜ ਕਰਾਂ, ਫੂਡ ਦਾ ਚੈਲੰਜ ਕਰਾਂ, ਕਾਸੇ ਦਾ ਕਰਾਂ, ਤੁਹਾਨੂੰ ਵੀਰੇ ਨਹੀਂ ਚੰਗਾ ਲੱਗਦਾ ਤੁਸੀਂ ਸਕਰੋਲ ਕਰ ਦਿਓ। ਮੈਂ ਕੋਈ ਨਹੀਂ, ਤੁਸੀਂ ਕਹਿੰਦੇ ਹੋ ਇਹਨੇ ਕੀ ਕੰਮ ਫੜਿਆ ਇਹ ਆਇਆ, ਮੈਂ ਕੀ ਗਲਤ ਵੀਡੀਓ ਬਣਾਉਂਦੀ ਹਾਂ ਵੀਰੇ? ਦੱਸੋ ਕੀ ਮੈਂ ਨੰਗ ਬਣਾ ਦਿਖਾਉਂਦੀ ਹਾਂ ਜਾਂ ਤੁਹਾਨੂੰ? ਇੱਕ ਖਾਂਦੇ ਹਾਂ ਅਸੀਂ, ਅਸੀਂ ਖਾਂਦੇ ਹਾਂ, ਮੇਰੀ ਸਿਹਤ ਖਰਾਬ ਹੋ ਗਈ, ਤੁਹਾਨੂੰ ਵਿੱਚ ਕੀ ਲੈਣਾ ਦੇਣਾ? ਤੁਸੀਂ ਕਿਤੇ ਮੈਨੂੰ ਕੁਛ ਕਹਿ ਦਿੰਦੇ ਹੋ ਆ ਕੇ, ਕਿਤੇ ਕੁਛ ਕਹਿ ਦਿੰਦੇ ਹੋ ਵੀਰੇ। ਪਹਿਲੀ ਗੱਲ ਤਾਂ ਵੀਰੇ ਜੋ ਤੁਸੀਂ ਕਹਿਣਾ ਤੁਹਾਡਾ ਜੀ ਕਰਦਾ, ਜੀ ਸੱਦ ਕੇ ਕਹੋ, ਠੀਕ ਹੈ ਨਾ, ਜੋ ਮਰਜ਼ੀ ਕਹੋ। ਵੀਡੀਓ ਤਾਂ ਮੈਂ ਹੀ ਪਾਊਂਗੀ, ਮੇਰਾ ਜਿਵੇਂ ਜੀ ਕਰੂਗਾ ਮੈਂ ਖਾ ਕੇ ਪਾਊਂਗੀ, ਠੀਕ ਆ। ਸਿਹਤ ਮੇਰੀ ਆ, ਮੈਨੂੰ ਵੀ ਫਿਕਰ ਆ ਗਈ ਸਿਹਤ ਦੀ, ਤੁਸੀਂ ਨਾ ਮੇਰੀ ਟੈਨਸ਼ਨ ਲਓ। ਇੰਨੀ ਦੁਨੀਆ ਵਾ ਯੂਟਿਊਬ ਤੇ ਜਾ ਕੇ ਜਿਨ੍ਹਾਂ ਦਾ ਸੁਧਾਰ ਕਰਨ ਵਾਲਾ, ਜੋ ਗਲਤ ਵੀਡੀਓ ਕੋਈ ਬਣਾਉਂਦੇ ਆ ਉਹਨਾਂ ਨੂੰ ਜਾ ਕੇ ਤੁਸੀਂ ਸਮਝਾਓ ਨਾ, ਤੁਸੀਂ ਮੇਰੀ ਵੀਡੀਓ ਤੇ ਸੰਨੇ ਐਵੇਂ ਖਾਮ ਖਾਈ ਮੇਰੀ ਵੀਡੀਓ ਤੇ ਆ ਕੇ ਤੁਸੀਂ ਗਲਤ ਬੋਲੀ ਜਾਂਦੇ ਹੋ। ਤੁਸੀਂ ਹਟਣਾ ਤਾਂ ਮੈਨੂੰ ਪਤਾ ਹੈ ਨਹੀਂ, ਠੀਕ ਹੈ ਨਾ, ਤਾਂ ਬੋਲੀ ਜਾਓ। ਤੇ ਬਾਕੀ ਜਿਹੜੇ ਪਿਆਰ ਕਰਦੇ ਗਾਈਸ ਵੀਰੇ, ਧੰਨਵਾਦ ਤੁਹਾਡਾ, ਤੇ ਬਹੁਤ ਬਹੁਤ ਤੁਸੀਂ ਮੇਰੀ ਵੀਡੀਓ ਦੇਖਦੇ ਹੋ, ਮੈਨੂੰ ਵੀਡੀਓ ਤੇ ਵਧੀਆ ਲਾਈਕ ਕਮੈਂਟ ਕਰਦੇ ਹੋ, ਧੰਨਵਾਦ ਤੁਹਾਡਾ ਸਪੋਰਟ ਕਰਨ ਲਈ। ਬਾਕੀ ਜਿਹੜੇ ਹੇਟ ਕਰਦੇ ਮੈਨੂੰ ਨਫ਼ਰਤ ਕਰਦੇ ਆ, ਚਲੋ ਵਧੀਆ, ਉਹਨਾਂ ਦਾ ਉਦੋਂ ਵੀ ਧੰਨਵਾਦ, ਬਹੁਤ ਧੰਨਵਾਦ ਉਹਨਾਂ ਦਾ, ਦੋਵੇਂ ਹੱਥ ਜੋੜ ਕੇ ਧੰਨਵਾਦ।